ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਦੋ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਕਿਹਾ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਕੋਠੀ ਅੱਗੇ ਦਿੱਤਾ ਜਾਵੇਗਾ ਪੱਕਾ ਧਰਨਾ। ਸ਼ੁੱਕਰਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਦੋ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਇਕੱਠੇ ਹੋਏ ਅਤੇ ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ 'ਤੇ ਗੌਰ ਨਾ ਕੀਤਾ ਤਾਂ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਵੇਂ ਚੰਡੀਗੜ੍ਹ ਹੋਵੇ ਅਤੇ ਭਾਵੇਂ ਸੀਐਮ ਮਾਨ ਭਗਵੰਤ ਮਾਨ ਦੀ ਕੋਠੀ ਦਾ ਘਰੋ ਉਹਨਾਂ ਨੂੰ ਕਰਨਾ ਪਵੇ, ਉਹਨਾਂ ਨੂੰ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਸਾਰਾ ਕੁਝ ਕੀਤਾ ਜਾਵੇਗਾ। ਦੇਖ ਲਓ ਤਸਵੀਰਾਂ, ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਆਪਣਾ ਅੰਬੇਡਕਰ ਪਾਰਕ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਵੱਖ-ਵੱਖ ਮਜ਼ਦੂਰ ਆਪਣਾ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਮੈਂ ਪ੍ਰਕਾਸ਼ ਸਿੰਘ, ਜਨਰਲ ਸਕੱਤਰ ਜਾਤੀ ਮਜ਼ਦੂਰ ਸਭਾ, ਵਿੱਤ ਸਕੱਤਰ ਆਰ ਐਮ ਪੀ ਆਈ। ਅਸੀਂ ਅੱਜ ਦੋ ਪਾਰਟੀਆਂ ਵੱਲੋਂ ਤੇ ਜਥੇਬੰਦੀਆਂ ਵੱਲੋਂ ਸਾਂਝਾ ਧਰਨਾ ਲਾਇਆ ਡੀਸੀ ਦਫ਼ਤਰ ਦੇ ਸਾਹਮਣੇ ਪਾਰਕ 'ਚ ਅੰਬੇਡਕਰ ਦੇ 'ਚ। ਇਸ ਕਰਕੇ ਲਾਇਆ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਜਿਹੜੀਆਂ ਕਿਰਤੀ ਲੋਕਾਂ ਦੀਆਂ ਮੰਗਾਂ ਹੈ ਉਹਨਾਂ ਦੇ ਵਾਸਤੇ ਲਾਇਆ ਕਿ ਪੈਨਸ਼ਨ ਆ ਜਿਹੜੀ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ ਉਹ 5000 ਕੀਤੀ ਜਾਵੇ। ਕੱਟੇ ਰਾਸ਼ਨ ਕਾਰਡ ਆ ਜਿਹੜੇ ਜੋੜੇ ਜਾਣ, ਸਾਰੇ ਮਜ਼ਦੂਰ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਵੇ ਅਤੇ ਇਹਦੇ ਨਾਲ ਚੌਲਾਂ ਚੀਜ਼ਾਂ ਜਿਹੜੀਆਂ ਪਹਿਲਾਂ ਮਿਲਦੀਆਂ ਸੀ ਉਹ ਦਿੱਤੀਆਂ ਜਾਣ। ਕੱਚੇ ਮਕਾਨਾਂ ਦੇ ਲੋਕਾਂ ਨੇ ਫਾਰਮ ਭਰੇ ਆ, ਮੀਂਹਾਂ ਦੇ ਨਾਲ ਉਹ ਡਿੱਗ ਰਹੇ ਆ, ਉਹਨਾਂ ਨੂੰ ਪੈਸੇ ਦਿੱਤੇ ਜਾਣ। ਇਸੇ ਤਰ੍ਹਾਂ ਨਰੇਗਾ ਦੀ ਜਿਹੜੀ ਦਿਹਾੜੀ ਹੈ ਉਹ 700 ਰੁਪਇਆ ਕੀਤੀ ਜਾਵੇ, ਸਾਰੇ ਪਰਿਵਾਰ ਨੂੰ ਕੰਮ ਦਿੱਤਾ ਜਾਵੇ ਅਤੇ ਕੰਮ ਆ ਜਿਹੜਾ ਪੂਰਾ ਸਾਲ ਦਿੱਤਾ ਜਾਵੇ। ਇਸ ਤਰ੍ਹਾਂ ਜਿਹੜਾ ਬਿਜਲੀ ਦੇ ਬਿੱਲ ਦੁਬਾਰੇ ਆ ਗਏ ਆ, ਸਰਕਾਰ ਨੇ ਸਬਸਿਡੀ ਕੱਟਤੀ ਹੈ। ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਬਸਿਡੀ ਲਾਈ ਜਾਵੇ, ਬੰਦ ਕੀਤੀ ਗਈ ਹੈ। ਜੇ ਤੁਸੀਂ ਨਾ ਲਾਈ ਸਬਸਿਡੀ ਤਾਂ ਅਸੀਂ ਸੜਕਾਂ 'ਤੇ ਆਵਾਂਗੇ, ਬਿਜਲੀ ਦੇ ਬਿੱਲ ਨਹੀਂ ਭਰਾਂਗੇ। 20-30 ਹਜ਼ਾਰ ਦੇ ਬਿੱਲ ਆਈ ਜਾਂਦੇ ਲੋਕਾਂ ਨੂੰ, ਕੰਮ ਉਹਨਾਂ ਕੋਲ ਕੋਈ ਹੈ ਨਹੀਂ, ਉਹ ਭਰ ਨਹੀਂ ਸਕਦੇ। ਇਸ ਕਰਕੇ ਅਸੀਂ ਜਿਹੜਾ ਅੱਜ ਮੋਰਚਾ ਲਾਇਆ ਤੇ ਅਸੀਂ ਧਰਨਾ ਲਾਇਆ। ਜੇ ਸਾਡੀਆਂ ਗੱਲਾਂ ਹੱਲ ਨਾ ਹੋਈਆਂ, ਸਰਕਾਰ ਨੇ ਨਾ ਮੰਨੀਆਂ, ਤਾਂ ਅਸੀਂ ਆਉਣ ਵਾਲੇ ਥੋੜੇ ਦਿਨਾਂ ਬਾਅਦ ਚੰਡੀਗੜ੍ਹ ਜਾਂ ਭਗਵੰਤ ਮਾਨ ਦੇ ਘਰ ਮੂਹਰੇ ਧਰਨਾ ਲਾਵਾਂਗੇ, ਪੱਕਾ ਮੋਰਚਾ ਲਾਵਾਂਗੇ। ਭਾਵੇਂ ਸਾਨੂੰ 6 ਮਹੀਨੇ ਬੈਠਣਾ ਪਵੇ, ਭਾਵੇਂ ਸਾਨੂੰ ਸਾਲ ਬੈਠਣਾ ਪਵੇ, ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਹੱਲ ਕਰੂਗਾ ਅਸੀਂ ਉਹਨਾਂ ਚਿਰ ਉੱਥੇ ਉੱਠਾਂਗੇ ਨਹੀਂ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਹੀਪਾਲ ਹੈ ਜੀ। ਮੈਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦਾ ਕੇਂਦਰੀ ਕਮੇਟੀ ਦਾ ਮੈਂਬਰ ਹਾਂ। ਅਸੀਂ ਅੱਜ ਦੋ ਪਾਰਟੀਆਂ, ਸਾਡੀ ਪਾਰਟੀ ਤੇ ਨਾਲ ਸਾਡੀ ਸਹਿਯੋਗੀ CPIML ਲਿਬਰੇਸ਼ਨ, ਉਹਦੇ ਵੱਲੋਂ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਔਰ ਸਥਾਨਕ ਸ਼ਹਿਰੀ ਦੇ ਵਿਧਾਇਕ ਰਾਹੀਂ ਪੰਜਾਬ ਸਰਕਾਰ ਨੂੰ ਤੇ ਲੋਕ ਸਭਾ ਮੈਂਬਰ ਮੈਡਮ ਬਾਦਲ ਦੇ ਨੁਮਾਇੰਦੇ ਰਾਹੀਂ ਕੇਂਦਰ ਸਰਕਾਰ ਨੂੰ ਅਸੀਂ ਮੰਗ ਪੱਤਰ ਭੇਜਣੇ। ਸਾਡਾ ਮਸਲਾ ਇਹ ਆ ਕਿ ਕੇਂਦਰ ਦੀ ਸਰਕਾਰ ਬੇਰੁਜ਼ਗਾਰੀ ਵਧਾਉਣ ਵਾਲੀਆਂ, ਮਹਿੰਗਾਈ ਵਧਾਉਣ ਵਾਲੀਆਂ ਨੀਤੀਆਂ ਵਾਪਸ ਲਵੇ, ਸਕੂਲਾਂ 'ਚ ਲੋਕਾਂ ਨੂੰ ਪੜ੍ਹਾਈ, ਹਸਪਤਾਲਾਂ 'ਚ ਇਲਾਜ ਦੀ ਮੁਫਤ ਗਰੰਟੀ ਕਰੇ, ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਮੁਫਤ ਗਰੰਟੀ ਕਰੇ ਔਰ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰੇ, ਕਰਪਸ਼ਨ ਦੂਰ ਕਰੇ। ਇਹ ਤਾਂ ਹੋਣਾ ਜੇ ਨਵ ਉਦਾਰਵਾਦੀ ਨੀਤੀਆਂ ਰੱਦ ਕਰਕੇ ਲੋਕ ਪੱਖੀ ਨੀਤੀਆਂ ਅਪਣਾਈਆਂ ਜਾਣਗੀਆਂ, ਪਬਲਿਕ ਸੈਕਟਰ ਬਹਾਲ ਕੀਤਾ ਜਾਏਗਾ। ਔਰ ਦੂਜਾ ਸਾਡਾ ਮਸਲਾ ਇਹ ਆ
ਮੁਸਲਮਾਨਾਂ ਤੇ ਹਮਲੇ ਕਰਕੇ, ਦਲਿਤਾਂ ਤੇ ਹਮਲੇ ਕਰਕੇ, ਨਫ਼ਰਤੀ ਪ੍ਰਚਾਰ ਕਰਕੇ ਦੇਸ਼ 'ਚ ਵੰਡ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ, ਜਿਹਦੇ ਨਾਲ ਦੇਸ਼ 'ਚ ਇੱਕ ਹੋਰ ਸੰਤਾਲੀ ਵਾਪਰ ਸਕਦੀ ਹੈ, ਦੇਸ਼ ਟੁੱਟ ਸਕਦਾ। ਇਸ ਕੰਮ ਦੀ ਝੰਡੀ ਲਈ ਹੋਈ ਆਰ ਐਸ ਐਸ ਨੇ, ਭਾਜਪਾ ਆਰ ਐਸ ਐਸ ਦਾ ਵਿੰਗ ਹੈ, ਨਾਲ ਸੰਘ ਪਰਿਵਾਰ ਹੈ, ਅਸੀਂ ਉਹਨਾਂ ਤੋਂ ਵੀ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ। ਔਰ ਅੱਜ ਜਿਹੜਾ ਅਸੀਂ 9 ਤੋਂ 16 ਸਾਰੇ ਪੰਜਾਬ 'ਚ ਕਰ ਰਹੇ ਹਾਂ, ਅੱਜ ਉਹਦੀ ਕੜੀ 'ਚ ਬਠਿੰਡੇ ਹੈ, ਕੱਲ੍ਹ ਨੂੰ ਸੰਦੂਲਗੜ੍ਹ ਹੈ, 16 ਨੂੰ ਮਾਨਸਾ ਹੈ, ਇਸੇ ਤਰ੍ਹਾਂ 17 ਨੂੰ ਅਸੀਂ ਲਾਲ ਚੰਦ ਕਟਾਰੂ ਚੱਕਦੇ ਜਾਣਾ। ਇਸ ਤੋਂ ਬਾਅਦ ਇਹਨਾਂ ਮੰਗਾਂ ਲਈ ਅਸੀਂ ਲਗਾਤਾਰ ਲੜਾਂਗੇ, ਜਿਹਦੇ 'ਚ ਇੱਕ ਸੰਘਰਸ਼ ਦੀ ਕੜੀ ਸਾਡੀ ਦਿੱਲੀ ਦਾ ਆ ਚੰਡੀਗੜ੍ਹ ਦਾ ਪੱਕਾ ਮੋਰਚਾ ਵੀ ਹੋ ਸਕਦਾ, ਦੋਨਾਂ ਪਾਰਟੀਆਂ ਦਾ, ਬਾਕੀ ਖੱਬੀਆਂ ਪਾਰਟੀਆਂ ਵੀ ਨਾਲ ਆ ਸਕਦੀਆਂ, ਇਹਦੇ ਲਈ ਅਸੀਂ ਇਕੱਠੇ ਹੋ।